ਕੌਡੀ 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 ਕੌਡੀ। ਪਰ ਕੱਲ੍ਹ ਲਾਸਟ ਮੈਚ ਹੋਇਆ ਪਿੰਡ ਬੁੱਟਰ, ਉੱਥੋਂ ਅੰਮ੍ਰਿਤ ਔਲਖ ਨੇ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਅਤੇ ਉਹ ਪਲੇਅਰ ਜਿੱਥੇ ਬੈਸਟ ਨਿਕਲ ਗਏ ਉੱਥੇ ਉਹਨੇ ਇੱਕ ਨੰਬਰ ਦੀ ਪੁਜੀਸ਼ਨ ਪ੍ਰਾਪਤ ਕਰ ਲਈ। ਜ਼ੋਰਦਾਰ ਤਾੜੀਆਂ ਅੰਮ੍ਰਿਤ ਔਲਖ ਦਿਸ਼ਟ ਰਹਿ ਕੇ ਅਤੇ 22 ਅੰਕਾਂ ਦੇ ਨਾਲ ਸੀਜ਼ਨ ਦਾ ਟੌਪ ਦਾ ਸਟੋਪਰ ਬਣਿਆ। ਬੜੀ ਖੁਸ਼ੀ ਹੋਈ ਆ ਇੱਥੇ ਆਇਆ ਵਾ, ਇਹਦੀ ਅੱਜ ਹੀ ਫਲੈਟ ਆ ਅਤੇ ਮੈਂ ਇਹਨੂੰ ਸਵੇਰੇ ਰਿਕੁਐਸਟ ਕੀਤੀ, ਇਹਨੇ ਕਿਹਾ ਭਾਅ ਜੀ ਮੈਂ ਜ਼ਰੂਰ ਹੋ ਕੇ ਜਾਊਂਗਾ। ਅਤੇ ਬੜੀ ਖੁਸ਼ੀ ਹੈ ਕਿ ਇਹੋ ਜਿਹੇ ਸਟਾਰ ਪਲੇਅਰ ਆਉਂਦੇ, ਇਹਦੇ ਨਾਲ ਜਿੱਥੇ ਸਾਡਾ ਹੌਸਲਾ ਵੱਧਦਾ ਉੱਥੇ ਨਵੇਂ ਪਲੇਅਰਾਂ ਨੂੰ ਵੀ ਵਧੀਆ ਲੱਗਦਾ। ਅੰਮ੍ਰਿਤ ਔਲਖ ਜਿਹੜਾ ਰੇਡਰ ਆ, ਰੇਡਰਾਂ ਦੇ ਵਿੱਚ ਵੀ ਜਿੱਦਾਂ ਦੱਸਿਆ ਵੀ ਬਹੁਤ ਕਸ਼ਮਕਸ਼ ਸੀ। ਜੇ ਜਾਫੀਆਂ ਦੀ ਗੱਲ ਕਰੀਏ ਜਿੱਥੇ ਅੰਮ੍ਰਿਤ ਔਲਖ ਨੇ ਫਸਟ ਆਇਆ, ਗੁਰਦਿੱਤ ਸੈਕਿੰਡ ਆਇਆ, ਜੱਗਾ ਅਲਗੋਂ ਥਰਡ ਸੀ, ਸੱਤੂ ਖਡੂਰ ਸਾਹਿਬ, ਪ੍ਰੀਤ ਲੱਧੂ, ਇਹ ਪਹਿਲੇ ਟੌਪ ਦੇ 5 ਸਟੋਪਰ ਆ। ਇੱਦਾਂ ਜੇ ਰੇਡਰਾਂ ਦੀ ਗੱਲ ਕਰੀਏ ਤਾਂ ਇੱਕ ਟਾਈਮ ਅੰਬਾ ਅੱਗੇ ਨਿਕਲ ਜਾਂਦਾ ਸੀ, ਅਗਲੇ ਮੈਚ ਦੀਪ ਉਹਨੂੰ ਕੱਟ ਕੇ ਗੇਲ ਚੱਲ ਜਾਂਦਾ ਸੀ। ਪਤਾ ਨਹੀਂ ਦੋਵੇਂ ਸਲਾਹ ਨਾਲ ਚੱਲਦੇ ਸੀ ਜਾਂ ਗੇਮ ਏਡੀ ਤਕੜੀ ਦੋ ਪਲੇਅਰਾਂ ਦੀ, ਕਹਿਰ ਕਿ ਪੂਰੀ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਇਹਨਾਂ ਪਲੇਅਰਾਂ ਦੀ ਮੰਗ ਆ। ਬਹੁਤ ਤਕੜਾ ਖੇਡੇ, ਬੈਸਟ ਰੇਡਰ ਬਣਿਆ ਇਸ ਸੀਜ਼ਨ ਦਾ, ਐਕਸ਼ਨ ਵਾਲੀ ਮਸ਼ੀਨ ਦੀਪ ਦਬੁਰਜੀ, ਜਿਹਦੇ 27 ਦੇ ਵਿੱਚੋਂ 52 ਪੁਆਇੰਟ ਆ, ਉਹ ਬਣਿਆ ਬੈਸਟ ਰੇਡਰ ਆਫ ਦਾ ਜੀਅਰ। ਦੀਪ ਦਬੁਰਜੀ ਟੀਮ ਹੈਗੀ ਹੈ ਜੀ ਮਾਝਾ ਘਰਿਆਲਾ ਕਬੱਡੀ ਕਲੱਬ, ਉਹ ਕੋਚ ਸਾਹਿਬ ਨੂੰ ਬੇਨਤੀ ਹੈ ਜਸਵਿੰਦਰ ਕਲਸੀ ਜੀ ਨੂੰ ਕਿ ਉਹ ਆਣ ਕੇ ਉਹਦਾ ਸਨਮਾਨ ਲੈਣ। ਅਤੇ ਜਿਹੜਾ ਸਾਡਾ ਅੰਬਾ ਵਾ, ਮੈਂ ਤਾਂ ਉਹਨੂੰ ਵੀ, ਕਿਉਂਕਿ ਉਹ ਵੀ ਬੈਸਟ ਆ, ਸਿਰ ਇੱਕ ਪੁਆਇੰਟ ਦਾ ਤਾਂ ਠਾਂ ਹੋ ਗਿਆ ਕੱਲ੍ਹ ਪਰਸੋਂ, ਨਹੀਂ ਤਾਂ ਉਹ ਵੀ ਬੈਸਟ ਸੀ। ਇਸ ਕਰਕੇ ਅੰਬੇ ਨੂੰ ਬੇਨਤੀ ਆ ਕਿ ਉਹ ਵੀ ਇਸ ਸਨਮਾਨ ਦੇ ਵਿੱਚ ਸ਼ਾਮਿਲ ਹੋਊਗਾ। ਪਿਛਲੇ ਸਾਲ ਅੰਬਾ ਅਸੁਰ ਸਿੰਘ ਸੀ, ਪਹਿਲੇ ਸਾਲ ਦੀਪ ਦਬੁਰਜੀ ਸੀ, ਅੰਬਾ ਐਰ ਕਿ ਫਿਰ ਦੀਪ, ਹੋ ਸਕਦਾ ਅਗਲੇ ਸਾਲ ਫਿਰ ਅੰਬਾ ਆ ਜਾਵੇ। ਅਤੇ ਬੇਨਤੀ ਹੈ ਕਿ ਅੰਬਾ 26 ਦੇ ਵਿੱਚੋਂ 50 ਨੰਬਰ ਲੈ ਕੇ ਉਹ ਵੀ ਬੈਸਟ ਰੇਡਰ ਚੁਣਿਆ ਗਿਆ, ਜਿਹਦੇ ਉੱਤੇ ਮਾਣ ਆ ਕਿ ਪਰਸੋਂ ਹੀ ਇਸ ਪਲੇਅਰ ਨੇ ਮਾਝੇ ਦਾ ਸਿਰ ਬਹੁਤ ਜਿਹੜਾ ਉੱਚਾ ਕੀਤਾ, 1 ਕਰੋੜ ਰੁਪਏ ਦਾ ਸਨਮਾਨ ਲਗਭਗ ਲੈ ਕੇ ਸੁਰ ਸਿੰਘ ਆਇਆ, ਜਿਹਦੇ ਵਿੱਚ ਇੱਕ ਰੇਂਜ ਰੋਵਰ ਗੱਡੀ ਅਤੇ 2 ਮੋਟਰਸਾਈਕਲ ਇੱਕੇ ਦਿਨ ਜਿੱਤੇ ਆ। ਬੜੀ ਖੁਸ਼ੀ ਹੋਈ ਆ ਕਿ ਸਾਡੇ ਮਾਝੇ ਦੇ ਪਲੇਅਰ ਜਿਹੜੇ ਬਹੁਤ ਤਰੱਕੀ ਕਰ ਗਏ ਆ। ਜ਼ੋਰਦਾਰ ਤਾੜੀਆਂ ਅੰਬਾ ਸੁਰ ਸਿੰਘ, ਅੰਮ੍ਰਿਤ ਔਲਖ ਅਤੇ ਦੀਪ ਦਬੁਰਜੀ ਦੇ ਲਈ। ਅਤੇ ਮੈਂ ਬੇਨਤੀ ਹੈ ਕਿ ਅੰਮ੍ਰਿਤ ਔਲਖ ਨੂੰ ਇੱਕ ਸਨਮਾਨ ਹੋ ਰਿਹਾ ਆਪਣੀ ਟੀਮ ਵੱਲੋਂ, ਉਹ ਵੀ ਲੈ ਜਾਣ ਫਿਰ ਉਹਨਾਂ ਨੇ ਜਾਣਾ ਵਾ, ਕਿਉਂਕਿ ਉਹਨਾਂ ਦੀ ਹੌਸਲਾ 'ਚ ਫਲਾਈਟ ਹੈ। ਅੰਮ੍ਰਿਤ ਔਲਖ ਇੱਕ ਵਾਰੀ ਫਿਰ ਮੁੜ ਕੇ ਸਟੇਜ 'ਤੇ ਆਉਣ, ਜਿਹੜੇ ਆਪਣੀ ਟੀਮ ਦਾ ਸਨਮਾਨ ਹੈ ਆਪਣੀ ਟੀਮ ਦੇ, ਕਿਉਂਕਿ ਉਹਨਾਂ ਦੀ ਟੀਮ ਜਿਹੜੀ ਹੈ ਚੈਂਪੀਅਨ ਬਣੀ ਹੈ ਇਸ ਲੀਗ ਦੀ, ਸੰਤ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣਾ ਟੀਮ ਫਸਟ ਆਈ ਆ, ਉਹ ਹਰੇਕ ਪਲੇਅਰ ਦਾ ਇੱਕ ਇੱਕ ਸਨਮਾਨ ਸੀ। ਅੰਮ੍ਰਿਤ ਨੇ ਜਾਣਾ ਵਾ, ਇਸ ਕਰਕੇ ਇੱਕ ਸਨਮਾਨ ਦੇ ਦਿਓ ਅੰਮ੍ਰਿਤ ਔਲਖ ਨੂੰ, ਇੱਕ ਸਨਮਾਨ ਇਹਨਾਂ ਨੂੰ ਇਹਨਾਂ ਦੇ ਉਸਤਾਦ ਜੀ ਆ ਬਾਊ ਔਲਖ ਜੀ, ਚਾਚਾ ਜੀ ਵੀ ਆ, ਪਲੇਅਰ ਬਹੁਤ ਵਧੀਆ, ਉਹਦਾ ਸਨਮਾਨ ਉਹ ਨਹੀਂ ਪਹੁੰਚ ਸਕੇ, ਉਹਨਾਂ ਦਾ ਸਨਮਾਨ ਵੀ ਆਪਾਂ ਦੇਵਾਂਗੇ। ਅੰਮ੍ਰਿਤ ਔਲਖ ਲੈ ਕੇ ਜਾਵੇ, ਜ਼ੋਰਦਾਰ ਤਾੜੀਆਂ ਇਸ ਪਲੇਅਰ ਦੇ ਲਈ। ਇਹ ਸਾਡੇ ਅੰਮ੍ਰਿਤ ਦੀ ਇਹ ਖਾਸੀਅਤ ਹੈ ਵੀ ਇਹ ਵੱਡਿਆਂ ਮੈਚਾਂ ਦਾ ਪਲੇਅਰ ਆ। ਕਈ ਪਲੇਅਰ ਹੁੰਦੇ ਆ ਛੋਟੇ ਮੈਚਾਂ 'ਚ ਜਾਂ ਪ੍ਰੈਕਟਿਸ ਦੌਰਾਨ ਬੜਾ ਵਧੀਆ ਪ੍ਰਦਰਸ਼ਨ ਕਰਦੇ ਆ, ਪਰ ਜਦੋਂ ਕੋਈ ਫੈਸਲਾ ਕੋਈ ਮੈਚ ਹੁੰਦੇ ਉਦੋਂ ਡਾਊਨ ਹੋ ਜਾਂਦੇ। ਪਰ ਇਹ ਪਲੇਅਰ ਨੂੰ ਮੈਂ ਦੇਖਿਆ ਬਾਗੜੀਆਂ ਚੈਂਪੀਅਨਸ਼ਿਪ ਹੋਈ ਜਾਂ ਸ਼੍ਰੀ ਅਨੰਦਪੁਰ ਸਾਹਿਬ ਚੈਂਪੀਅਨਸ਼ਿਪ ਹੋਈ ਜਾਂ ਕੋਈ ਇਹੋ ਜਿਹਾ ਮੈਚ, ਉਹ ਮੈਚ ਦੇ ਵਿੱਚ ਇਹ ਪਲੇਅਰ ਦਾ ਜਿਹੜਾ ਪ੍ਰਦਰਸ਼ਨ ਡਬਲ ਹੁੰਦਾ ਵਾ, ਕਿਉਂਕਿ ਇਹਨੂੰ ਅਸੀਂ ਵੱਡਿਆਂ ਮੈਚਾਂ ਦਾ ਪਲੇਅਰ ਕਹਿੰਦੇ ਹਾਂ। ਤਾਂ ਬੜੀ ਖੁਸ਼ੀ ਹੁੰਦੀ ਜਦੋਂ ਇਹੋ ਜਿਹੇ ਪਲੇਅਰ ਅਤੇ ਅੰਬੇ ਵਰਗੇ ਪਲੇਅਰ ਜਦੋਂ ਇਹੋ ਜਿਹਾ ਪ੍ਰਦਰਸ਼ਨ ਕਰਦੇ ਆ ਜਿੱਥੇ ਆੜ ਫਾਸ ਵਾਲਾ ਕੰਮ ਹੁੰਦਾ, ਉਦੋਂ ਜਿੱਥੇ ਮਾਝੇ ਦਾ ਮਾਣ ਵੱਧਦਾ ਉੱਥੇ ਸਾਡੇ ਇਲਾਕੇ ਦਾ, ਬੜੀ ਖੁਸ਼ੀ ਆ। ਜ਼ੋਰਦਾਰ ਤਾੜੀਆਂ ਅੰਬੇ ਸੁਰ ਸਿੰਘ ਲਈ, ਅੰਮ੍ਰਿਤ ਔਲਖ ਲਈ, ਦੀਪ ਦਬੁਰਜੀ ਲਈ, ਕਿਉਂਕਿ ਇਹਨਾਂ ਨੇ ਹੁਣੇ ਜਾਣਾ ਅਤੇ ਸਾਡੇ ਵੱਲੋਂ ਇਹਨਾਂ ਨੂੰ ਸ਼ੁਭ
ਇਛਾਵਾਂਗੇ ਆਸਟ੍ਰੇਲੀਆ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਉਣ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਅਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।